ਮੋਰਿੰਡਾ ਦੇ ਰੇਲਵੇ ਫਾਟਕਾਂ ਦੇ ਵਿਚਕਾਰ ਇੱਕ ਇੱਟਾਂ ਦੀ ਭਰੀ ਟਰਾਲੀ ਦਾ ਹਿੱਸਾ ਟੁੱਟ ਜਾਣ ਦੇ ਕਾਰਨ ਜਿੱਥੇ ਰੇਲਵੇ ਵਿਭਾਗ ਦਾ ਕਰਮਚਾਰੀਆਂ ਨੂੰ ਹੱਥਾਂ ਪੈਰਾਂ ਦੀ ਪੈ ਗਈ, ਉੱਥੇ ਇਸ ਮਾਰਗ ਤੋਂ ਲੰਘਣ ਵਾਲੀ ਟ੍ਰੈਫਿਕ ਵੀ ਕਰੀਬ ਇੱਕ ਘੰਟਾ ਪ੍ਰਭਾਵਿਤ ਹੁੰਦੀ ਰਹੀ। ਇੱਟਾਂ ਦੀ ਭਰੀ ਇਹ ਓਵਰਲੋਡ ਟਰਾਲੀ ਜਿਵੇਂ ਹੀ ਰੇਲਵੇ ਫਾਟਕਾਂ ਨੂੰ ਕ੍ਰੋਸ ਕਰਨ ਲੱਗੀ ਤਾਂ ਟਰਾਲੀ ਦੇ ਵਿੱਚ ਜ਼ਿਆਦਾ ਵਜ਼ਨ ਹੋਣ ਦੇ ਕਾਰਨ ਇਸਦਾ ਹਿੱਸਾ ਝਟਕੇ ਦੇ ਨਾਲ ਟੁੱਟ ਗਿਆ, ਜਿਸ ਦੇ ਨਾਲ ਕਿ ਟਰਾਲੀ ਦੇ ਵਿੱਚ ਲੋਡ ਕੀਤੀਆਂ ਗਈਆਂ ਇੱਟਾਂ ਰੇਲ ਗੱਡੀ ਦੀਆਂ ਲਾਈਨਾਂ ਦੇ ਵਿਚਕਾਰ ਖਿੰਡ ਗਈਆਂ। ਰੇਲਵੇ ਵਿਭਾਗ ਦੇ ਗੇਟਮੈਨ ਨੇ ਇਸ ਦੀ ਸੂਚਨਾ ਆਪਣੇ ਅਧਿਕਾਰੀਆਂ ਨੂੰ ਦਿੱਤੀ, ਜਿਸ ਤੋਂ ਬਾਅਦ ਮੌਕੇ ਦੇ ਉੱਤੇ ਪਹੁੰਚੇ ਅਧਿਕਾਰੀਆਂ ਨੇ ਸਹਾਰਨਪੁਰ ਤੋਂ ਨੰਗਲ ਜਾਣ ਵਾਲੀ ਟ੍ਰੇਨ ਨੂੰ ਪਿੱਛੇ ਹੀ ਰੋਕ ਕੇ ਪਹਿਲਾਂ ਹੈਡਰਾ ਮਸ਼ੀਨ ਦੇ ਨਾਲ ਟਰਾਲੀ ਨੂੰ ਰੇਲਵੇ ਟਰੈਕ ਤੋਂ ਹਟਵਾਇਆ ਅਤੇ ਟਰੈਕ ਖਾਲੀ ਕਰਵਾ ਕੇ ਟ੍ਰੇਨ ਨੂੰ ਲੰਘਾਇਆ। ਟਰਾਲੀ ਗਿਰੀ ਆ ਤੁਹਾਡੇ ਸਾਹਮਣੇ ਉੱਥੇ, ਟਰਾਲੀ ਇੱਟਾਂ ਦੀ ਗਿਰੀ ਆ ਉੱਥੇ ਤੁਹਾਡੇ ਸਾਹਮਣੇ? ਟਰਾਲੀ ਗਿਰੀ ਆ, ਕੀ ਪਤਾ ਜੀ ਗੇਟ ਕੀਪਰ ਆ, ਉਹਨਾਂ ਨੂੰ ਕੀ ਪਤਾ? ਇਹ ਓਵਰਲੋਡ ਕੇ ਕਾਰਨ ਟੁੱਟਾ ਹੈ ਜਾਂ ਜੋ ਜੇ ਠੀਕ ਨਹੀਂ ਹੈ ਇਸਕਾ? ਓਵਰਲੋਡ ਕੇ ਕਾਰਨ ਜੰਗ ਸਿੰਘ, ਇਹ ਕਿਹੜੇ ਭੱਠੇ ਦੀ ਟਰਾਲੀ ਹੈ? ਭਾਂਬਰੀ ਭਾਂਬਰੀ ਕਿਹੜੇ ਇੱਕੋ ਭੱਠਾ? ਅੱਛਾ, ਕੀ ਨਾਂ ਇਹਨਾਂ ਦੇ ਮਾਲਕ ਦਾ ਕੀ ਨਾਂ ਹੈ? ਤੁਸੀਂ ਮੁਨਸ਼ੀ ਹੋ ਹੈਂਜੀ? ਇਹ ਕਿਵੇਂ ਹੋਇਆ ਜੀ, ਕਿਆ ਗੱਲ ਤੁਹਾਡੇ ਜਿਹੜਾ ਓਵਰਲੋਡ ਸੀਗਾ ਤਾਂ ਹੋਇਆ ਹੈ? ਟੁੱਟੂਗਾ ਤਾਂ ਹਿੱਸਾ ਇੰਨੀ ਟੁੱਟ ਕੇ ਨਾਲ ਦੀ ਨਾਲ ਝੂਟਾ ਪੈ ਗਿਆ। ਇਹਨੂੰ ਕੱਢ। ਤੁਸੀਂ ਕੌਣ ਹੋ ਭਾਜੀ? ਮਾਲਕ। ਤੁਸੀਂ ਸਤਪਾਲ ਜੀ ਹੋ? ਅਤੇ ਭਾਅ ਜੀ ਜਿਹੜੇ ਤੁਸੀਂ ਇਹ ਓਵਰਲੋਡ ਸੀ ਟਰਾਲੀ, ਤੁਹਾਡੀ ਤਾਂ ਟੁੱਟਿਆ ਇਹ? ਨਹੀਂ, ਤੁਸੀਂ ਇਹ ਦੱਸੋ ਰੋਡ ਨਾਲ ਨਹੀਂ ਟੁੱਟਦਾ ਕਰਦੇ? ਕਾਨੂੰਨ ਤੁਸੀਂ ਠੀਕ ਹੋ? ਟਰਾਲੀ ਜਿਹੜੀ ਤੁਹਾਡੀ ਚੱਲ ਰਹੀ ਹੈ ਠੀਕ ਚੱਲ ਰਹੀ ਹੈ? ਉਹ ਤਾਂ ਵੀਰ ਜੀ ਸਾਰਿਆਂ ਦੀ ਚੱਲਦੀਆਂ ਨੇ। ਤੁਸੀਂ ਆਪਣੀ ਗੱਲ ਕਰੋ ਜੀ, ਤੁਸੀਂ ਆਪਣੀ ਦੱਸੋ ਜੀ, ਤੁਸੀਂ ਆਪਣੀ ਗੱਲ ਕਰੋ। ਪ੍ਰੈਸ ਤੋਂ ਹੈ ਜੀ? ਪ੍ਰੈਸ ਤੋਂ। ਤੁਸੀਂ ਐਂ ਦੱਸੋ ਕਦੋਂ ਚੱਲਦੀ ਹੈ ਚੀਜ਼? ਕੋਈ ਵੀ ਮਸ਼ੀਨਰੀ ਹੈ, ਟਰੱਕ ਹੈ, ਹੋਰ ਹੈ, ਕੋਈ ਵੀ ਟੁੱਟ ਸਕਦਾ। ਨਹੀਂ, ਜਿਹੜੀ ਓਵਰਲੋਡ ਪਾਉਂਦੇ ਹੋ ਤਾਂ ਟੁੱਟਿਆ ਜੀ ਇਹ। ਉਹ ਵੀਰ ਜੀ ਕਦੋਂ ਘੱਟ ਪਾਈ ਹੁੰਦੀ ਹੈ ਉਦੋਂ ਵੀ ਟੁੱਟਦੀ ਹੈ। ਸਾਰੀਆਂ ਟਰਾਲੀਆਂ ਚੈੱਕ ਕਰ ਲਓ, ਸਾਰੀਆਂ ਟਰਾਲੀਆਂ 'ਚ ਇੰਨੀ ਇੱਟ ਹੁੰਦੀ ਹੈ। ਸਰ ਤੁਸੀਂ ਟ੍ਰੈਫਿਕ ਇੰਚਾਰਜ, ਇੱਥੇ ਟ੍ਰੈਫਿਕ ਮੁਲਾਜ਼ਮ ਲੱਗੇ ਹੋ, ਫਾਟਕਾਂ ਦੀ ਤੁਹਾਡੀ ਡਿਊਟੀ ਹੈ, ਅਤੇ ਜਿਹੜੀ ਟਰਾਲੀ ਇੱਥੇ ਤੁਹਾਡੇ ਸਾਹਮਣੇ ਇੱਟਾਂ ਦੀ ਗਿਰੀ ਹੈ, ਕਿਵੇਂ ਗਿਰੀ ਹੈ? ਅੱਛਾ, ਕਿੰਨੀ ਇੱਟ ਹੈ ਜੀ ਟਰਾਲੀ ਜੀ ਤੁਹਾਡੇ ਹਿਸਾਬ ਨਾਲ? ਇਹ ਜਿਹੜਾ ਟਰਾਲੀਆਂ ਲੈ ਕੇ ਜਾ ਰਹੇ ਹਾਂ, ਲੀਗਲ ਹੈ ਜਾਂ ਅਨਲੀਗਲ ਹੈ ਜੀ? ਕਾਨੂੰਨ ਨੇ ਸਹੀ ਹੈ ਜੀ ਜਿਹੜਾ ਲੈ ਕੇ ਜਾ ਰਹੇ ਹਾਂ ਜਾਂ ਨਹੀਂ? ਤੁਸੀਂ ਕਿੰਨੇ ਚਲਾਣ ਕਰਦੇ ਹੋ ਟਰਾਲੀਆਂ? ਤੁਹਾਡੇ ਕੋਲੋਂ ਲੰਘ ਰਹੀ ਹੈ ਟਰਾਲੀ, ਅੱਜ ਵੀ ਲੰਘ ਰਹੀ ਸੀ ਇਹ?
ਹੁਣ ਇਹਦੇ 'ਤੇ ਕੀ ਕਾਰਵਾਈ ਕਰੋਗੇ ਤੁਸੀਂ? ਇੱਟਾਂ ਦੀ ਭਰੀ ਇਸ ਓਵਰਲੋਡ ਟਰਾਲੀ ਦੇ ਨਾਲ ਭਾਵੇਂ ਕੋਈ ਵੱਡਾ ਹਾਦਸਾ ਹੋਣ ਤੋਂ ਬਚਾਅ ਹੋ ਗਿਆ, ਪਰ ਫਿਰ ਵੀ ਇਸ ਕਾਰਨ ਸਹਾਰਨਪੁਰ ਤੋਂ ਨੰਗਲ ਜਾਣ ਵਾਲੀ ਇਹ ਸਵਾਰੀ ਗੱਡੀ ਲਗਭਗ 1 ਘੰਟਾ ਦੇਰੀ ਦੇ ਨਾਲ ਚੱਲੀ। ਤੁਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਦੇ ਟਰਾਂਸਪੋਰਟ ਵਿਭਾਗ ਅਤੇ ਜ਼ਿਲ੍ਹਾ ਟ੍ਰੈਫਿਕ ਪੁਲਿਸ ਵਿਭਾਗ ਦੇ ਵੱਲੋਂ ਭਾਵੇਂ ਸੜਕ ਸੁਰੱਖਿਆ ਹਫ਼ਤੇ ਮਨਾ ਅਤੇ ਜਾਗਰੂਕਤਾ ਕੈਂਪ ਲਗਾ ਕੇ ਆਮ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਕਰਨ ਸੰਬੰਧੀ ਪ੍ਰੇਰਿਤ ਕੀਤੇ ਜਾਣ ਦਾ ਦਾਅਵਾ ਕੀਤਾ ਜਾ ਰਿਹਾ ਹੈ, ਪਰ ਲਗਾਤਾਰ ਇਸ ਤਰ੍ਹਾਂ ਦੀਆਂ ਹੋ ਰਹੀਆਂ ਅਣਗਹਿਲੀਆਂ ਦੇ ਕਾਰਨ ਆਮ ਲੋਕਾਂ ਨੂੰ ਇਸਦਾ ਖਾਮਿਆਜ਼ਾ ਭੁਗਤਣਾ ਪੈ ਰਿਹਾ ਹੈ। ਮੋਰਿੰਡਾ ਤੋਂ ਹਰਜਿੰਦਰ ਸਿੰਘ ਛਿੱਬਰ ਦੀ ਰਿਪੋਰਟ, ਪਹਿਰੇਦਾਰ ਟੀਵੀ। ਜੇਕਰ ਹਾਲੇ ਤੱਕ ਤੁਸੀਂ ਸਾਡਾ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਸਬਸਕ੍ਰਾਈਬ ਦੇ ਬਟਨ ਤੇ ਦਬਾ ਕੇ ਸਾਡਾ ਚੈਨਲ ਸਬਸਕ੍ਰਾਈਬ ਕਰ ਲਓ ਅਤੇ ਬੈਲ ਦਾ ਆਈਕਨ ਵੀ ਦਬਾ ਦਿਓ ਤਾਂ ਕਿ ਹਰ ਖਬਰ ਤੁਹਾਡੇ ਤੱਕ ਸਭ ਤੋਂ ਪਹਿਲਾਂ ਪਹੁੰਚੇ।